Good morning, student. My name is Harpreet Singh. I am a lecturer of Mechanical Engineering Department. ਸਾਡਾ ਸਬਜੈਕਟ ਚੱਲ ਰਿਹਾ ਆ ਇੰਜੀਨੀਅਰਿੰਗ ਡਰਾਇੰਗ। ਅੱਜ ਆਪਾਂ ਨੈਕਸਟ ਡਰਾ ਕਰਾਂਗੇ, ਠੀਕ ਹੈ। ਆਪਾਂ ਅੱਜ ਆਹ ਡਰਾ ਕਰਨਾ ਹੈ, ਤੁਹਾਨੂੰ ਕੁਛ ਨਾ ਹੋਣਾ, ਡਰਾ ਪਲੈਨ ਐਲੀਵੇਸ਼ਨ ਐਂਡ ਐਂਡ ਵਿਊ ਆਫ ਐਨ ਓਬਜੈਕਟ। ਦੇਖੋ ਇਹ 'ਚ ਹੁਣ ਕੀ ਆ, ਜਿਹੜਾ ਪਲਾਨ ਆ ਉਹ ਤੁਹਾਡਾ ਹੈਗਾ ਟੋਪ ਵਿਊ, ਠੀਕ ਹੈ, ਕਨਫਿਊਜ਼ ਨਹੀਂ ਹੋਣਾ। ਐਲੀਵੇਸ਼ਨ ਹੁੰਦਾ ਹੈ ਫਰੰਟ ਵਿਊ, ਠੀਕ ਹੈ। ਐਂਡ ਵਿਊ ਹੁੰਦਾ ਹੈ ਸਾਈਡ ਵਿਊ, ਠੀਕ ਹੈ। ਸਾਈਡ ਵਿਊ ਯਾਨੀ ਕਿ ਤੁਹਾਨੂੰ ਫਰੰਟ ਵੀ ਲਿਖ ਸਕਦਾ ਸੀ ਇੱਥੇ, ਠੀਕ ਹੈ, ਟੋਪ ਵੀ ਲਿਖ ਸਕਦਾ ਸੀ, ਸਾਈਡ ਵੀ ਲਿਖ ਸਕਦਾ ਸੀ, ਪਰ ਉਹਨੇ ਲਿਖਿਆ ਆ ਡਰਾ ਪਲਾਨ ਐਲੀਵੇਸ਼ਨ ਐਂਡ ਐਂਡ ਵਿਊ, ਠੀਕ ਹੈ। ਹੁਣ ਤੁਹਾਨੂੰ ਦੇਖ ਲਓ, ਦੱਸਦਾ ਪਲਾਨ ਕੀ ਹੁੰਦਾ ਆ। ਪਲਾਨ ਹੁੰਦਾ ਟੋਪ ਵਿਊ, ਠੀਕ ਹੈ, ਟੋਪ ਵਿਊ ਜਿਹੜਾ ਉੱਪਰ ਆਪਾਂ ਦੇ ਦਿੰਦੇ ਹਾਂ। ਐਲੀਵੇਸ਼ਨ ਹੁੰਦਾ ਆ ਫਰੰਟ ਵਿਊ, ਠੀਕ ਹੈ। ਐਂਡ ਵਿਊ ਹੁੰਦਾ ਸਾਈਡ ਵਿਊ, ਠੀਕ ਆ। ਆ ਇਹ ਚੀਜ਼ਾਂ ਹੁੰਦੀਆਂ, ਕਨਫਿਊਜ਼ ਨਹੀਂ ਹੋਣਾ, ਠੀਕ ਆ। ਦੇਖੋ ਹੁਣ, ਦੇਖੋ ਇਹਦੇ ਵਿੱਚ ਨਾ ਕੋਈ ਐਰੋ ਨਹੀਂ ਦਿੱਤਾ ਗਿਆ, ਠੀਕ ਹੈ। ਜਿੱਧਰ ਹੈ ਨਾ ਜ਼ਿਆਦਾ ਡਿਮੈਂਸ਼ਨ ਹੋਵੇ ਆਹ ਵਾਲੀ, ਠੀਕ ਹੈ, ਉਹ ਤੁਹਾਡਾ ਐਲੀਵੇਸ਼ਨ ਹੁੰਦਾ ਉਹ, ਠੀਕ ਆ, ਉਹ ਐਲੀਵੇਸ਼ਨ ਹੁੰਦਾ ਤੁਹਾਡਾ। ਇਹ ਤੁਹਾਡਾ ਹੋ ਗਿਆ ਯਾਨੀ ਕਿ ਫਰੰਟ ਵਿਊ, ਠੀਕ ਹੈ। ਇਹ ਤੁਹਾਡਾ ਹੋ ਗਿਆ ਐਲੀਵੇਸ਼ਨ, ਠੀਕ ਹੈ, ਐਲੀਵੇਸ਼ਨ, ਠੀਕ ਹੈ। ਇੱਧਰ ਹੋ ਗਿਆ ਤੁਹਾਡਾ ਸਾਈਡ ਵਿਊ, ਸਾਈਡ ਵਿਊ ਯਾਨੀ ਕਿ ਐਂਡ ਵਿਊ, ਠੀਕ ਹੈ। ਇੱਧਰ ਹੋ ਗਿਆ ਤੁਹਾਡਾ ਟੋਪ ਵਿਊ, ਠੀਕ ਹੈ, ਉੱਪਰ ਯਾਨੀ ਕਿ ਪਲੈਨ, ਠੀਕ ਹੈ। ਹੁਣ ਆਪਾਂ ਡਰਾ ਕਰਨਾ ਹੈ, ਦੇਖੋ ਕਿੱਦਾਂ ਉਦੀ ਕਰਨਾ ਹੈ। ਇਹਨੂੰ ਇਹਨੇ ਸਿਰਫ ਲਿਖਿਆ ਹੈ ਕਿ ਡਰਾ ਪਲਾਨ ਐਲੀਵੇਸ਼ਨ ਐਂਡ ਐਂਡ ਵਿਊ ਆਫ ਐਨ ਓਬਜੈਕਟ, ਠੀਕ ਹੈ। ਆਪਾਂ ਇਹਨੂੰ ਥਰਡ ਐਂਗਲ ਪ੍ਰੋਜੈਕਸ਼ਨ ਵਿੱਚ ਬਣਾਵਾਂਗੇ, ਠੀਕ ਹੈ। ਦੇਖੋ ਸਭ ਤੋਂ ਪਹਿਲਾਂ ਕੀ ਕਰਨਾ, ਆਪਾਂ ਫਰੰਟ ਵਿਊ ਬਣਾਉਣਾ ਆ, ਸਭ ਤੋਂ ਪਹਿਲਾਂ ਆਪਾਂ ਐਲੀਵੇਸ਼ਨ ਬਣਾਉਣਾ, ਠੀਕ ਹੈ। ਐਲੀਵੇਸ਼ਨ ਬਣਾਵਾਂਗੇ ਸਭ ਤੋਂ ਪਹਿਲਾਂ, ਤੁਹਾਨੂੰ ਦੇਖੋ ਕੀ ਦਿਖਦਾ ਪਿਆ ਆ ਫਰੰਟ ਵਿਊ, ਠੀਕ ਹੈ। ਫਰੰਟ ਦੇਖਾਂਗੇ ਆਪਾਂ, ਐਲੀਵੇਸ਼ਨ ਬਣਾਉਣਾ, ਇੱਕ ਆਹ ਚੀਜ਼ ਦੱਸਣੀ ਹੈ, ਇੱਕ ਆਹ ਚੀਜ਼ ਦੱਸਣੀ ਹੈ, ਠੀਕ ਹੈ, ਆਹ ਚੀਜ਼ ਦੱਸੂਗੀ, ਠੀਕ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ, ਲਾਈਨ ਕਿੰਨੀ ਆ 100, ਆਪਾਂ ਲਾਈਨ ਮਾਰ ਲਈ 100, ਠੀਕ ਹੈ। ਉੱਪਰ ਕਿੰਨਾ ਆ, ਆਹ ਕਿੰਨਾ ਆ 10 mm, ਇੱਧਰ ਲਿਖਿਆ ਪਿਆ 10 mm, ਠੀਕ ਹੈ, ਆਹ 10 mm ਸਾਡੇ ਕੋਲ ਆਹ ਬਣ ਗਿਆ, ਠੀਕ ਹੈ, ਆਹ ਹੋ ਗਿਆ 10 mm ਬਣ ਗਿਆ। ਉਸ ਤੋਂ ਬਾਅਦ ਕੀ ਆ, ਦੇਖੋ ਇੱਥੋਂ ਲੈ ਕੇ ਉੱਪਰ ਆਹ ਕਿੰਨੀ ਆ ਦੁਆਰਤੀ, ਦੇਖੋ, ਠੀਕ ਹੈ, 40, ਠੀਕ ਹੈ। ਪਹਿਲਾਂ ਆਪਾਂ ਆਹ ਮਾਰ ਲਿਆ, ਠੀਕ ਹੈ, 100, ਆਹ 10, ਠੀਕ ਹੈ, ਉੱਪਰ ਕਿੰਨੀ ਆ 40, ਆਪਾਂ ਇੱਥੋਂ ਲੈ ਕੇ ਇੱਥੇ ਤੱਕ 40 ਦੀ ਇੱਕ ਲਾਈਨ ਮਾਰ ਲਾਂਗੇ, ਠੀਕ ਹੈ, 40 mm ਡਿਸਟੈਂਸ, ਉਹਦੀ ਇੱਕ ਲਾਈਨ ਮਾਰ ਲਈ ਰਫਲੀ ਜੀ ਆਪਾਂ, ਠੀਕ ਆ, ਰਫਲੀ ਲਾਈਨ ਮਾਰ ਲਈ, ਠੀਕ ਹੈ, 40 mm ਯਾਨੀ ਕਿ ਆਹ ਡਿਸਟੈਂਸ ਆ ਉਹ ਕਿੰਨਾ 40 mm, ਠੀਕ ਹੈ। ਇੱਥੋਂ ਲੈ ਕੇ ਇੱਥੇ 40 ਤੱਕ ਆਹ ਲਾਈਨ ਮਾਰ ਲਈ ਹੈ, ਠੀਕ ਆ। ਉਸ ਤੋਂ ਬਾਅਦ ਕੀ ਕੀਤਾ, ਦੇਖੋ ਇੱਥੋਂ ਲੈ ਕੇ ਆਹ ਪੁਆਇੰਟ ਤੋਂ ਲੈ ਕੇ ਇੱਧਰ ਕਿੰਨਾ ਡਿਸਟੈਂਸ ਆ 25, ਠੀਕ ਆ। ਆਪਾਂ ਇੱਥੋਂ ਲੈ ਕੇ ਇੱਥੇ ਆਪਾਂ ਲਾਈਨ ਮਾਰੀ ਹੈ, ਠੀਕ ਆ, ਉਹਦੀ ਲਾਈਨ ਮਾਰੀ ਹੈ, ਪੈਰਲ ਲਾਈਨ ਮਾਰੀ ਹੈ, ਠੀਕ ਆ। ਆਪਾਂ ਇੱਥੋਂ ਲੈ ਕੇ ਹੁਣ ਆਹ ਇੱਥੋਂ ਲੈ ਕੇ ਕਿੰਨਾ ਡਿਸਟੈਂਸ ਇੱਧਰ ਤੱਕ 25, ਆਪਾਂ ਇੱਥੇ ਪੁਆਇੰਟ ਲਗਾ ਲਾਂਗੇ, ਪੁਆਇੰਟ ਲਗਾ ਲਿਆ, ਠੀਕ ਆ, ਪੁਆਇੰਟ ਲਗਾ ਕੇ ਆਪਾਂ ਉਹ ਲਾਈਨ ਨੂੰ ਇੰਨਾ ਮਿਲਾ ਦਾਂਗੇ, ਠੀਕ ਆ। ਆਪਾਂ ਆਹ ਬਾਅਦ 'ਚੋਂ ਇਰੇਜ਼ ਕਰ ਦਾਂਗੇ, ਮਿਟੇ ਦਾਂਗੇ, ਠੀਕ ਆ। ਆਪਾਂ ਮਿਟੇ ਦਿੱਤੀ, ਥਰੂ ਆਊਟ ਕਿੰਨੀ ਹੈ ਲੈਂਥ ਆ ਗਈ 25, ਇੱਥੋਂ ਲੈ ਕੇ ਇੱਥੇ ਕਿੰਨੀ ਹੈ 25, ਠੀਕ ਆ, ਆਹ ਚੀਜ਼ ਬਣ ਗਈ ਸਾਡੀ, ਠੀਕ ਆ, ਟੇਪਰ, ਠੀਕ ਆ। ਉਸ ਤੋਂ ਬਾਅਦ ਕਿੰਨੀ ਆ, ਦੇਖੋ ਆਪਾਂ ਵੀ ਲਾਈਨ ਮਾਰੀ ਸੀਗੀ ਨਾ, ਹੁਣ ਅੱਗੇ ਕਿੰਨੀ ਲਾਈਨ ਆ 20, ਆਪਾਂ ਇੱਥੋਂ ਲੈ ਕੇ ਇੱਥੇ ਕਿੰਨੀ ਕਿ 20, ਆਹ ਜਨ ਲਾਈਨ ਇੱਥੇ ਤੱਕ ਹੋ ਗਈ 20, ਠੀਕ ਆ। ਉਸ ਤੋਂ ਬਾਅਦ ਕੀ ਆ, ਨੀਚੇ ਕਿੰਨਾ ਆ, ਨੀਚੇ ਫਿਰ 20 ਨੀਚੇ ਆਪਾਂ ਖਿੱਚ ਲਾਂਗੇ, ਠੀਕ ਆ। ਇੱਧਰ ਨੂੰ ਕਿੰਨਾ ਆ, ਠੀਕ ਆ, ਇੱਧਰ ਆ ਗਿਆ 35 ਪੁਆਇੰਟ ਲੈ ਜਾਵਾਂਗੇ, ਠੀਕ ਆ। ਇਹ ਤੁਹਾਡਾ ਫਰੰਟ ਵਿਊ ਬਣ ਜਾਣਾ। ਫਿਰ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ, ਆਪਾਂ ਫਰੰਟ ਵਿਊ ਦੇਖਣਾ, ਇੱਕ ਆਹ ਚੀਜ਼ ਦਿਸਣੀ, ਇੱਕ ਆਹ ਚੀਜ਼ ਦਿਸਣੀ, ਠੀਕ ਆ, ਆਹ ਚੀਜ਼ਾਂ ਦਿਸਣੀਆਂ। ਸਭ ਤੋਂ ਪਹਿਲਾਂ ਆਪਾਂ ਲਾਈਨ ਮਾਰੀ ਆ 100 ਆਹ ਵਾਲੀ ਲਾਈਨ, ਠੀਕ ਆ, 100 ਦੀ ਮਾਰੀ, ਉੱਪਰ ਨੂੰ ਕਿੰਨੀ ਆ 10 ਆਹ ਲਿਖੀ ਪਈ ਆ 10, ਠੀਕ ਆ, 10 ਇੱਥੇ ਮਾਰ ਲਈ, ਹੋ ਗਿਆ। ਹੁਣ ਕੀ ਆ, ਉੱਪਰ ਕਿੰਨੀ ਆ, ਆਹ 40 ਆ, 40 ਆ, ਠੀਕ ਆ, 40 ਆ। ਇੱਥੋਂ ਵੀ ਇੱਧਰ ਵੀ 20 ਛੱਡ ਕੇ ਉੱਪਰ ਲੈ ਕੇ ਜਾ ਸਕਦੇ ਹਾਂ, ਤੁਸੀਂ ਸਿੱਧੀ ਕਰ ਲਓ, ਠੀਕ ਆ। ਇੱਥੋਂ ਦੇਖੋ ਇੱਥੋਂ ਲੈ ਕੇ ਇੱਥੇ ਤੱਕ ਕਿੰਨੀ ਹੈ 25, ਉੱਪਰ ਲਈ ਹੈ ਨਾ, ਆਪਾਂ ਇੱਥੋਂ ਲੈ ਕੇ ਇੱਥੇ 25 ਛੱਡ ਦੇਣੀ, ਠੀਕ ਆ, 25 ਛੱਡਤੀ, ਇੱਥੇ ਪੁਆਇੰਟ ਲਗਾ ਲੈਣਾ, ਠੀਕ ਆ, ਪੁਆਇੰਟ ਲਗਾਉਣਾ, ਉੱਪਰ ਕਿੰਨਾ ਲੈ ਕੇ ਜਾਣਾ 40, ਇੱਥੋਂ ਲੈ ਕੇ ਇੱਥੇ 40 ਦਾ ਇੱਥੇ ਪੁਆਇੰਟ ਲਗਾ ਲੈਣਾ, ਪੁਆਇੰਟ ਲਗਾ ਲਿਆ, ਠੀਕ ਆ, ਪੁਆਇੰਟ ਲੱਗ ਗਿਆ ਇੱਥੇ 40 ਦਾ, ਠੀਕ ਆ। ਹੁਣ ਇੱਥੋਂ ਇੱਧਰ ਨੂੰ ਕਿੰਨੀ ਆ 20, ਇੱਥੋਂ 20 ਮਾਰ ਦੇਣੀ, 20 ਆਹ ਵੱਜਣੀ, ਠੀਕ ਆ। ਜਿਹੜੀ ਆਹ ਲਾਈਨ ਆ ਇਹਨੂੰ ਟੇਪਰ ਇੰਨਾ ਮਿਲਾ ਦੇਣਾ, ਠੀਕ ਆ, ਆਹ ਵਾਲੀ, ਆਹ ਵਾਲੀ, ਠੀਕ ਆ, ਇੰਨਾ ਮਿਲ ਗਈ, ਆਹ ਤੁਹਾਡਾ ਵੀ ਆਹ 20 ਬਣ ਗਿਆ, ਆਹ ਤੁਹਾਡੇ ਆਹ ਡਿਸਟੈਂਸ ਦਾ ਇਹ ਕਿੰਨਾ ਗਿਆ 25, ਠੀਕ ਆ, ਆਹ ਚੀਜ਼ ਬਣ ਗਈ, ਆਹ ਉੱਪਰਲੀ, ਠੀਕ ਆ, ਆਹ ਚੀਜ਼ ਬਣ ਗਈ ਇੰਨੀ, ਠੀਕ ਆ। ਹੁਣ ਦੇਖੋ ਉਸ ਤੋਂ ਬਾਅਦ ਕੀ ਕਰਨਾ, ਅੱਗੇ ਕਿੰਨਾ, ਨੀਚੇ ਕਿੰਨਾ ਆ, ਨੀਚੇ ਲੈ ਜਾਣਾ 20, ਠੀਕ ਆ,
ਇੱਥੇ 20, ਆਹ ਦੇਖੋ ਇੱਥੋਂ ਲੈ ਕੇ ਨੀਚੇ ਕਿੰਨਾ 20 20 ਲੈ ਗਏ, ਠੀਕ ਆ। ਉਸ ਤੋਂ ਬਾਅਦ ਦੇਖੋ ਕਿੰਨਾ ਆ, ਇੰਨਾ ਹੋ ਗਿਆ, ਠੀਕ ਆ। ਉਸ ਤੋਂ ਬਾਅਦ ਕੀ ਆ, ਇੱਥੋਂ ਲੈ ਕੇ ਇੱਥੇ ਗੈਪ ਕਿੰਨਾ 20, ਇੱਥੋਂ ਆਪਾਂ 20 ਫਿਰ ਛੱਡ ਦੇਣਾ, ਇੰਨਾ 20 ਛੱਡਤਾ, ਇੱਥੇ 20 ਛੱਡਤਾ, ਠੀਕ ਆ। 20 ਛੱਡ ਕੇ ਅੱਗੇ ਕਿੰਨਾ 35, 35 ਦਾ ਫਿਰ ਡਿਸਟੈਂਸ ਲੈ ਲੈਣਾ ਅੱਗੇ ਤੱਕ, ਇਹਨੂੰ ਇਹਨਾਂ ਮਿਲਾ ਦੇਣਾ, ਆਹ ਤੁਹਾਡਾ ਫਰੰਟ ਵੀ ਬਣ ਜਾਣਾ, ਸਾਡੀ ਯਾਨੀ ਕਿ ਤੁਹਾਡਾ ਫਰੰਟ ਵੀ ਆਹ ਚੀਜ਼ ਬਣ ਜਾਣੀ, ਠੀਕ ਆ, ਆਹ ਵਾਲੀ ਇਹ ਤੁਹਾਡੀ ਫਰੰਟ ਵੀ ਬਣ ਜਾਣੀ ਹੈ। ਦੇਖੋ ਫਿਰ ਦੇਖੋ ਡਾਊਟ ਕਲੀਅਰ ਕਰ ਲਿਆ ਕਰੋ, ਠੀਕ ਆ। ਦੇਖੋ 100, 10, ਠੀਕ ਆ, 25 ਆ, 25 ਆਪਾਂ ਇੱਥੇ ਪੁਆਇੰਟ ਲਗਾ ਲੈਣਾ, ਉੱਪਰ ਕਿੰਨੀ ਆ 40, 40 ਦਾ ਪੁਆਇੰਟ ਲਗਾ ਲੈਣਾ, ਆਹ ਡਿਸਟੈਂਸ ਯਾਨੀ ਕਿ ਆਪਣਾ 40, ਠੀਕ ਆ, 40 ਹੋ ਗਿਆ। ਇਹਨੂੰ ਆਪਾਂ ਇੰਨਾ ਮਿਲਾ ਦੇਣਾ, ਠੀਕ ਆ, ਅੱਗੇ ਆਹ ਚੀਜ਼ ਬਣ ਗਈ ਆਹ ਵਾਲੀ, ਠੀਕ ਆ, ਆਹ ਸਿਰਫ ਡਿਮੈਂਸ਼ਨ ਵਾਸਤੇ ਆਹ ਵਾਲੀ ਲਾਈਨ, ਠੀਕ ਆ, ਆਹ ਵਾਲੀ। ਅੱਗੇ ਦੇਖੋ ਇੱਧਰ ਨੂੰ ਕਿੰਨੀ ਆ 20, 20 ਆਹ ਲਾਈਨ ਮਾਰ ਲਈ, ਠੀਕ ਆ। ਨੀਚੇ ਕਿੰਨੀ ਆ 20, 20 ਆਹ ਲਾਈਨ ਮਾਰ ਕੇ ਇੱਥੇ ਰੋਕ ਲੈਣੀ ਜਿੱਥੇ 20 ਹੈਗੀ ਹੈ, ਠੀਕ ਆ। ਜਿੱਥੇ ਵੀ 20 ਆ, ਜਿੱਥੇ ਵੀ 20 ਆਉਂਦਾ ਉੱਥੇ ਰੋਕ ਲਓ ਇਹਨੂੰ, ਠੀਕ ਆ। 20 ਇੱਥੇ ਆ, ਇੱਥੇ 20 ਰੋਕ ਲਿਆ, ਠੀਕ ਆ। 20 ਵਾ ਕੇ ਨੀਚੇ ਕੀ ਇੱਥੋਂ ਆਹ ਡਿਸਟੈਂਸ ਕਿੰਨਾ, ਦੇਖੋ 20, 20 ਤੋਂ ਛੱਡਤਾ ਇੱਧਰੋਂ, ਇੱਥੋਂ ਆਹ 20 ਇੰਨੀ ਛੱਡਤੀ, ਇੱਥੋਂ ਲੈ ਕੇ ਇੱਥੇ 20 ਛੱਡਤੀ, ਠੀਕ ਆ। ਅੱਗੇ ਕਿੰਨਾ 35, 35 ਇੱਥੋਂ ਲੈ ਕੇ ਅੱਗੇ ਤੱਕ 35, ਇੱਥੇ ਤੱਕ ਹੀ ਹੋਣਾ 35, ਠੀਕ ਆ। ਆਪਾਂ ਇਹਨੂੰ ਇੱਦਾਂ ਬਣਾ ਦੇਣਾ, ਤੁਹਾਡਾ ਫਰੰਟ ਵੀ ਬਣ ਜਾਣਾ, ਠੀਕ ਆ। ਇਹ ਤੁਹਾਡਾ ਬਣ ਗਿਆ ਐਲੀਵੇਸ਼ਨ, ਇਹਦੇ ਨੀਚੇ ਲਿਖਣਾ ਤੁਸੀਂ ਐਲੀਵੇਸ਼ਨ, ਠੀਕ ਆ। ਆਹ ਵਾਲਾ ਫਰੰਟ ਵੀ, ਫਰੰਟ ਵੀ ਆਪਾਂ ਐਲੀਵੇਸ਼ਨ ਕਹਿੰਦੇ ਹਾਂ, ਠੀਕ ਆ। ਹੁਣ ਆਪਾਂ ਬਣਾਉਣਾ ਪਲੈਨ, ਠੀਕ ਆ, ਪਲੈਨ ਯਾਨੀ ਕਿ ਟੋਪ ਵਿਊ, ਠੀਕ ਹੈ। ਹੁਣ ਆਪਾਂ ਟੋਪ ਵਿਊ ਬਣਾਵਾਂਗੇ। ਦੇਖੋ ਟੋਪ 'ਚ ਸਾਨੂੰ ਕੀ ਦੱਸਣਾ, ਇੱਕ ਆਹ ਦੱਸਣਾ ਆ, ਇੱਕ ਆਹ ਦੱਸਣਾ, ਇੱਕ ਆਹ ਚੀਜ਼ ਦੱਸਣੀ ਆ ਆਪਾਂ ਉਹ ਵੀ, ਠੀਕ ਆ। ਆਪਾਂ ਇਹਨੂੰ ਵੀ ਸਟਾਰਟ ਕਰਾਂਗੇ। ਦੇਖੋ ਪਹਿਲਾਂ ਆਪਾਂ 100 ਆਹ ਮਾਰਾਂਗੇ, ਠੀਕ ਆ। ਆਪਾਂ ਲਾਈਨ ਮਾਰ ਲਈ 100 ਆਹ ਵਾਲੀ, ਠੀਕ ਆ, 100 ਮਾਰ ਲਈ। ਹੁਣ ਦੇਖੋ ਉੱਪਰ ਨੂੰ ਕਿੰਨੀ ਆ, ਠੀਕ ਆ, ਇੱਥੋਂ ਕਿੰਨੀ ਆ, ਆਹ ਦੇਖੋ ਇੱਥੋਂ ਕਿੰਨੀ ਆ, 100 ਮਾਰ ਲਈ ਆ, ਠੀਕ ਆ। ਆਪਾਂ ਜੇ ਉੱਪਰ ਨਹੀਂ, ਉੱਪਰ ਨੀਚੇ ਸ਼ੁਰੂ ਕਰ ਲਓ ਜਾਂ ਨੀਚੋਂ ਸ਼ੁਰੂ ਕਰ ਲਓ, ਜਿੱਦਾਂ ਮਰਜ਼ੀ ਸ਼ੁਰੂ ਕਰ ਸਕਦੇ ਤੁਸੀਂ, ਠੀਕ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਦੱਸਣਾ, ਸਭ ਤੋਂ ਪਹਿਲਾਂ ਤੁਸੀਂ ਜੇ ਉੱਪਰੋਂ ਦੇਖੋਗੇ, ਇੱਥੋਂ ਦੇਖੋਗੇ, ਠੀਕ ਹੈ, ਤੁਹਾਨੂੰ ਕੀ ਦੱਸਣਾ ਆ, ਇੱਕ ਆ ਬੈਕ ਸਾਈਡ ਦੱਸਣੀ ਇਹਦੀ, ਇਹਦੇ ਪਿੱਛੇ ਯਾਨੀ ਕਿ ਇਹਦੇ ਪਿੱਛੇ ਫਲੈਟ ਦੱਸਣਾ ਕਿੰਨੇ ਦਾ ਦੱਸਣਾ, 25 mm ਦਾ, ਠੀਕ ਹੈ, 25 mm ਦਾ ਦੱਸਣਾ ਆ, ਠੀਕ ਹੈ। ਅਤੇ 25 mm ਦਾ ਦੱਸਣਾ ਯਾਨੀ ਕਿ ਇੱਥੋਂ ਲੈ ਕੇ ਇੱਥੇ 25, ਯਾਨੀ ਕਿ ਆਹ ਚੀਜ਼ 25 ਦੱਸਣੀ ਆ ਵਾਲੀ, ਇਹ ਸਿੱਧਾ ਦੱਸਣਾ ਤੁਹਾਨੂੰ। ਉੱਪਰ ਇੱਕ ਆਹ ਚੀਜ਼ ਦੱਸਣੀ ਆ, ਇੱਕ ਆਹ ਚੀਜ਼ ਦੱਸਣੀ ਆ, ਇੱਕ ਆਹ ਚੀਜ਼ ਦੱਸਣੀ ਆ, ਠੀਕ ਆ। ਹੁਣ ਆਪਾਂ ਕੀ ਕਰਨਾ, 25 ਆ, ਤੁਸੀਂ ਆਪ ਆਹ ਲਾਈਨ ਥੱਲੇ ਸ਼ੁਰੂ ਕਰ ਲੈਂਦੇ ਹਾਂ, ਠੀਕ ਆ, ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਆਵਾ 100 ਲਾਈਨ ਮਾਰ ਲਈ, ਉੱਪਰ ਕਿੰਨਾ, ਇੱਧਰੋਂ ਕਿੰਨਾ ਆ, ਦੇਖੋ ਆਹ ਕਿੰਨਾ 30, 30 ਆਹ ਟੋਟਲ ਕਿੰਨਾ 45, ਠੀਕ ਆ, 45 ਆ। ਉੱਪਰ ਕਿੰਨਾ ਲੈ ਕੇ ਗਏ ਆਪਾਂ, 45, ਠੀਕ ਆ, 45 ਲੈ ਗਏ। ਆਹ ਤੁਹਾਡੇ 45 ਦਾ ਪੇਪਰ ਅਲਾ ਆਪਾਂ ਆਹ ਬਣਾ ਲਿਆ, ਠੀਕ ਆ, ਬਾਹਰਲਾ ਬੋਕਸ ਬਣਾ ਲਿਆ 45 ਦਾ, ਠੀਕ ਆ, ਜਿਹੜਾ ਬਾਹਰ ਇਹਦਾ ਬੋਕਸ ਆ, ਠੀਕ ਆ, 45 ਦਾ, ਯਾਨੀ ਕਿ ਪੂਰੀ ਚੀਜ਼ 45 ਦੀ ਬਣਾ ਲਈ, ਠੀਕ ਆ। ਹੁਣ ਸਾਨੂੰ ਉੱਪਰੋਂ ਇੱਕ ਆਹ ਚੀਜ਼ ਦੱਸਣੀ, ਇੱਕ ਆਹ ਚੀਜ਼ ਦੱਸਣੀ, ਪਹਿਲਾਂ ਆਪਾਂ ਇੱਥੇ ਬਣਾਵਾਂਗੇ। ਇੱਧਰ ਕਿੰਨਾ ਆ, ਦੇਖੋ ਦੁਆਰ 'ਚ ਦੇਖੋ, 100 100 ਲਾਈਨ ਮਾਰ ਲਈ, ਠੀਕ ਆ, 45 ਉੱਪਰ ਨੂੰ, ਠੀਕ ਆ, 45 ਆਪਾਂ ਆਹ ਲਾਈਨ ਮਾਰ ਲਈ, ਠੀਕ ਆ, ਇੱਦਾਂ ਬਣਾ ਲਿਆ, ਠੀਕ ਆ, 45। ਹੁਣ ਆਪਾਂ ਇੱਥੇ ਸਟਾਰਟ ਕਰਦੇ ਹਾਂ, 25 ਇੱਥੇ ਆ, 25 ਆਪਾਂ ਇੱਥੇ ਛੱਡਤਾ, ਠੀਕ ਆ। ਸਾਨੂੰ ਪਹਿਲਾਂ ਆਹ ਇੱਕ ਆਹ ਚੀਜ਼ ਦੱਸਣੀ ਆ, ਇਹ ਕਿੰਨੀ ਆ 30 ਤੱਕ, 30 ਨੀਚੇ ਲੈ ਗਏ, ਆਹ ਯਾਨੀ ਕਿ 30 ਆ, 30 ਨੀਚੇ ਲੈ ਗਏ, ਇੱਥੋਂ ਇਹਨੂੰ ਆਹ ਬਣਾਤਾ 25 ਆਹ ਵਾਲੀ ਚੀਜ਼, ਠੀਕ ਆ, ਇਹ ਹੋ ਗਿਆ। ਉਸ ਤੋਂ ਬਾਅਦ ਕੀ ਆ, ਅੱਗੇ ਕਿੰਨਾ ਆ, ਅੱਗੇ ਦੇਖੋ ਪਹਿਲਾਂ ਆਹ ਪੂਰਾ ਕਰ ਲੈਂਦੇ, ਉਹ ਤੋਂ ਡਿਮੈਂਸ਼ਨ ਆਪਾਂ ਲਿਖਣੀ ਆ, ਠੀਕ ਆ। ਆਹ ਹੋ ਗਿਆ, ਆਹ ਯਾਨੀ ਕਿ ਇੱਥੇ 30 ਆ, ਇੱਥੇ 25, 25 ਨੀਚੇ ਨੂੰ 30, ਠੀਕ ਆ, ਆਹ ਨੀਚੇ ਨੂੰ, ਠੀਕ ਆ। ਹੁਣ ਅੱਗੇ ਕਿੰਨਾ ਆ, ਦੇਖੋ 20 ਇੱਥੋਂ ਲੈ ਕੇ ਫਿਰ ਕਿਹਾ ਕਿੰਨਾ ਲੈ ਕੇ 20, 20 ਨੂੰ ਆਪਾਂ ਆਹ ਲਾਈਨ ਮਾਰ, ਨੀਚੇ ਕਿੰਨੀ ਮਾਰੀ 30, ਕਿਉਂਕਿ ਆਹ ਪੂਰੀ ਆਪਣੇ ਕੋਲ 30 ਆ, ਨੀਚੇ ਆਪਾਂ 30, ਇਹਨੂੰ ਵੀ 30, ਉੱਪਰ 20, ਠੀਕ ਆ। ਅੱਗੇ ਕੀ ਆ, ਅੱਗੇ ਤੁਹਾਨੂੰ ਆਹ ਚੀਜ਼ ਆ, ਇਹ ਵੀ ਤਾਂ ਚੀਜ਼ ਦਿਸੂਗੀ, ਇਹ ਕਿੰਨਾ ਹੋ ਗਿਆ, ਇੱਥੋਂ ਲੈ ਕੇ ਅੱਗੇ ਤੱਕ, ਇੱਥੋਂ ਲੈ ਕੇ ਦੇਖੋ, ਇੱਥੋਂ ਲੈ ਕੇ ਅੱਗੇ ਤੱਕ 35, 35 ਇੱਥੇ ਤੱਕ 35, ਠੀਕ ਆ। ਨੀਚੇ ਕਿੰਨੀ ਆ, 30 ਨੀਚੇ, ਆ ਜਿਹੜੀ 30 ਲਿਖਿਆ ਇੱਥੇ ਦਾ, ਆਹ ਤੁਹਾਡਾ ਆਹ ਬਣ ਗਿਆ, ਦੇਖੋ ਆਹ ਤੁਹਾਡਾ ਬਣ ਗਿਆ ਫਰੰਟ ਵਿਊ। ਤੁਹਾਨੂੰ ਇੱਕ ਆਹ ਚੀਜ਼ ਦੱਸੀ, ਇੱਕ ਇਹਦੇ ਪਿੱਛੇ ਜਿਹੜੀ ਚੀਜ਼ ਉਹ ਆ 25, ਠੀਕ ਆ, 20, ਇੱਕ ਆਹ 35, ਇਹ ਚੀਜ਼ ਦਿੱਤੀ, ਇਹਦੀ ਜਿਹੜੀ ਆਹ ਡਿਮੈਂਸ਼ਨ ਹੈ ਕਿੰਨੀ ਆ, 30 ਆਹ ਲਿਖੀ ਪਈ ਆ, 30, 30 ਆਪਾਂ ਨੀਚੂ ਲੈ ਗਏ। ਆ ਪੂਰੀ ਕਿੰਨੀ ਸੀ, 45, ਆਹ 45 ਇੱਥੇ, ਠੀਕ ਆ, ਆਹ ਕਿੰਨੀ ਆ, 100, ਇਹ ਤੁਹਾਡਾ ਬਣ ਗਿਆ ਪਲੈਨ ਟੋਪ ਵਿਊ, ਠੀਕ ਆ। ਹੁਣ ਆਪਾਂ ਬਣਾਵਾਂਗੇ ਸਾਈਡ ਵਿਊ, ਠੀਕ ਆ, ਐਂਡ ਵਿਊ, ਐਂਡ ਵਿਊ ਕਿੱਦਾਂ ਬਣਨਾ,
एंड भी देखो 45 पहला इधर हाँ 45 मार ली ठीक है ऊपर के नहीं 10 10 मार ली आता बन गया आ चीज़ ठीक है आ बॉक्स ठीक है हम सू की जिस चीज़ दिसनी एक आ चीज़ दिसनी एक आ चीज़ दिसनी है ठीक है एक इधर से कुछ लिया फ्रंट देखो इस चीज़ अगे दिसनी इतने दिसनी है ठीक है इतने कि नहीं 30 आ 30 है इतना आप 30 तक पॉइंट ला लिया इतों लैके इतने तक 30 तक पॉइंट लगा लिया ठीक है 30 है ठीक है 30 उपर कि लग गए आ देखो हूँ उपर देखो कि आर कि इतने का कि 40 आ उपर कि 20 तो आ कि होया फिर 20 होया आगे उपर कि पहला 20 फिर आ चीज़ दिसनी सूँ आ 20 की होगी ठीक है 20 की इतों लैके आ वाली 20 फिर आ उपर कि 20 हाँ 20 आप टोटल कि हो गया 40 आ थोड़ा बन गया एंड व्यू यानी कि साइड व्यू ठीक है ये थोड़े बन गए प्लैन एलिवेशन एंड एंड व्यू ठीक है किसी को डाउट हो मैं तो पूछ लेना ठीक है आ तो उदा मैं थोड़ा भी पाती है कि डायग्राम बनी हुई है ठीक है ये भी थोड़ा पाती है तो वो भी हो गया ठीक है देखो आ टॉप व्यू भी देख टॉप व्यू प्लैन ठीक है और फ्रंट हो गया और साइड व्यू हो गया ठीक है किसी को कोई भी डाउट हो ठीक है मैं तो पूछ लेना ठीक है किसी कोई भी डाउट हो तो पूछ लेना ठीक है देखो दोबारती ठीक है टॉप भी हो गया ठीक है साइड भी हो गया ठीक है फ्रंट भी हो गया ठीक है फ्रंट भी हो गया सॉरी टॉप आ टॉप भी हो ठीक है ठीक है फ्रंट भी हो गया ईजी है ठीक है फ्रंट भी बनाना ईजी है इदा बनना फ्रंट भी ठीक है तो साइड भी साइड इदा बनना ठीक है इन बनाओ ठीक है किसी कोई भी डाउट हो तो पूछना ठीक है डिमेंशन देनी है ना ठीक है ओके थैंक यू